You're listening to CNN Toronto, Chawla News Network Toronto. ਭਾਊ ਸਰਦਾਰ ਜਸਵੀਰ ਸਿੰਘ ਜੀ ਪੱਟੀ ਹਾਜ਼ਰ ਹੋ ਚੁੱਕੇ ਨੇ, ਆਓ ਉਹਨਾਂ ਦਾ ਸਵਾਗਤ ਕਰਦੇ। ਪੱਟੀ ਸਾਹਿਬ ਵੈਲਕਮ, ਵੈਰੀ ਗੁੱਡ ਮਾਰਨਿੰਗ, ਤੁਹਾਡੇ ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਧੰਨਵਾਦ ਜੀ, ਧੰਨਵਾਦ ਜੀ, ਮੇਰੇ ਨੂੰ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ ਜੀ। ਜੀ ਕਰੋੜਾਂ ਦੇ ਵਿੱਚ ਵਿਕ ਰਹੇ ਨੇ ਟਕੇ 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 ਦੇ ਬੰਦੇ, ਵਾਹ ਵਾਹ ਕਰਨੀ ਉਹ ਤੇ ਕਰ ਦਿਓ, ਪੈਸੇ ਨੀ ਲੱਗਦੇ, ਬਸ ਫੂਕਾਂ ਹੀ ਵੱਜਣੀਆਂ ਦੋ, ਵਾਹ ਵਾਹ। ਬਿਨਾ ਮੰਗਿਆ ਮਿਲਦੇ ਅਰਬਾਂ ਦੇ ਇੱਥੇ ਚੰਦੇ, ਪਰ ਨੋਟ ਤੇ ਅੱਜ ਕੱਲ ਹਰ ਕੋਈ ਪੈਸੇ ਦੇਣ ਨੂੰ ਡਰਦਾ। ਬਿਨਾ ਮੰਗਿਆ ਮਿਲਦੇ ਇੱਥੇ ਅਰਬਾਂ ਦੇ ਵਿੱਚ ਚੰਦੇ, ਛੱਪੜਾਂ ਨੂੰ ਵੀ ਕਹਿੰਦੇ ਸ਼ਰਮ ਆਉਂਦੀ, ਦੂਰੋਂ ਬਦਬੂ ਆਵੇ, ਸਿਆਸਤ ਵਾਲੇ ਸਾਗਰ ਵਿੱਚ ਅੱਜ ਕੱਲ੍ਹ ਹੋਏ ਇੰਨੇ ਗੰਦੇ। ਜਦ ਬੰਦੇ ਅਪਾਹਜ ਹੋ ਜਾਵਣ ਤਾਂ ਪੈਰ ਭਾਰ ਨਾ ਚੱਲਣ, ਫਿਰ ਉਹ ਬੰਦੇ ਚੜ੍ਹ ਜਾਂਦੇ ਨੇ ਹੋਰ ਕਿਸੇ ਦੇ ਕੰਧੇ, ਆਰੀ ਦਾਤੀ ਤਾਂ ਦੰਦੇ ਹੁੰਦੇ ਨੇ ਇੱਕ ਪਾਸੇ, ਆਰੀ ਦਾਤੀ ਦੇ ਤਾਂ ਦੰਦੇ ਹੁੰਦੇ ਨੇ ਇੱਕ ਪਾਸੇ, ਪਰ ਇਸ ਦੁਨੀਆਂ ਦੇ ਹੁੰਦੇ ਦੋਹੀਂ ਪਾਸੇ ਦੰਦੇ ਯਾਰੋ, ਅਣਖੀ ਬੰਦੇ ਦੀ ਗੱਲ ਹੁੰਦੀ ਲੋਹੇ ਉੱਤੇ ਲੀਕ, ਬਿਆਨ ਨਤਾਵਾਂ ਦੇ ਹੁੰਦੇ ਤਾਂ ਝੂਠ ਦੇ ਨਿਰੇ ਪੁਲੰਦੇ। ਆ ਭਲੂਰੀਆ ਸਾਹਿਬ ਕਹਿੰਦੇ ਨੇ ਕਿ ਭਲੂਰੀ ਨੂੰ ਨਾ ਕਵਿਤਾ ਤੇ ਲਾਉਣਾ ਆਇਆ ਰਹਿੰਦਾ, ਲੱਕੜ ਉੱਤੇ ਕਹਿੰਦਾ ਲਾਏ ਬਥੇਰੇ ਹੁਣ ਇਸ ਤੱਕ ਇਸ ਨੇ ਰਹਿੰਦੇ ਰਹਿੰਦੇ। ਜਸਵੀਰ ਭਲੂਰੀਆ ਸਾਹਿਬ ਦੀਆਂ ਸਤਰਾਂ, ਸਿਆਸਤ ਦੀ ਗੱਲ ਕਰਨੀ ਹੈ ਕਿਉਂਕਿ ਸਿਆਸਤ ਬੜੀ ਗੰਧਲੀ ਹੋ ਗਈ ਹੈ। ਹਾਂਜੀ, ਜੇ ਸਭ ਤੋਂ ਵੱਡੀ ਗੱਲ ਜੇ ਆਪਾਂ ਇਸ ਵਕਤ ਕਰੀਏ ਤਾਂ ਤਖ਼ਤ ਦਾ ਹੋਵੇ ਜਥੇਦਾਰ ਅਤੇ ਅਸਤੀਫਾ ਦੇਵੇ, ਉਹ ਕਵੇ ਕਿ ਮੇਰੀਆਂ ਧੀਆਂ ਭੈਣਾਂ ਨੂੰ ਸ਼ਬਦ ਅਪ ਸ਼ਬਦ ਬੋਲੇ ਗਏ ਨੇ, ਔਰ ਨਾਂ ਲਿਆ ਉਹਨੇ ਵਿਰਸਾ ਸਿੰਘ ਵਲਟੋਹੇ ਦਾ, ਜਿਹਨੂੰ ਤੁਸੀਂ ਟਾਈਟਲ ਬੜਾ ਤਕੜਾ ਦਿੱਤਾ। ਹਾਂਜੀ, ਬਾਦਲਾਂ ਦੀ ਕੰਗਣਾ। ਹੁਣ ਜਥੇਦਾਰ, ਜਦੋਂ ਅਸੀਂ ਜਥੇਦਾਰਾਂ ਦਾ ਇਤਿਹਾਸ ਪੜ੍ਹਦੇ ਹਾਂ, ਕਿਸੇ ਵੀ ਕੌਮ ਦਾ ਆਗੂ, ਆਗੂ ਦਾ ਹੁੰਦਾ ਜਥੇਦਾਰ ਮਤਲਬ ਸਰਦਾਰ ਅੱਗੇ ਲੱਗਦਾ, ਤੇ ਉਹ ਇਹਨਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡਰ ਜਾਵੇ ਤਾਂ ਫਿਰ ਕੌਮ ਕਿੱਥੇ ਖੜੂਗੀ। ਪੱਟੀ ਸਾਹਿਬ, ਜੇ ਵਿਰਸਾ ਸਿੰਘ ਵਲਟੋਹੇ ਦਾ ਜ਼ਿਕਰ ਕੀਤਾ ਹੈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ, ਉਹਨਾਂ ਦਾ ਕਰੈਕਟਰ ਜੋ ਵੀ ਹੋਵੇ, ਉਹਨਾਂ ਨੂੰ ਕਿਸ ਤਰ੍ਹਾਂ ਥਾਪਿਆ ਗਿਆ ਜੋ ਮਰਜ਼ੀ, ਪਰ ਤਖ਼ਤ ਦੀ ਮਰਿਆਦਾ ਦੀ ਗੱਲ ਹੈ, ਤਖ਼ਤ ਦਾ ਜਥੇਦਾਰ ਇਸ ਭਾਵੇਂ ਪੰਥ ਪ੍ਰਵਾਨ ਹੈ ਜਾਂ ਨਹੀਂ ਹੈ, ਦੈਟਸ ਅ ਡਿਫਰੈਂਟ ਸਟੋਰੀ। ਪਰ ਜਿੱਦਾਂ ਉਹਨੇ ਕਿਹਾ ਕਿ ਮੇਰੀਆਂ ਧੀਆਂ ਨੂੰ, ਮੇਰੀਆਂ ਭੈਣਾਂ ਨੂੰ ਅਪ ਸ਼ਬਦ ਬੋਲੇ ਜਾ ਰਹੇ ਨੇ, ਸਵਾਲੀਆ ਫਿਕਰਾ ਨਹੀਂ ਹੁੰਦਾ ਕਿ ਅਸੀਂ ਤਾਂ ਬੜੀਆਂ ਮੁੱਛਾਂ ਨੂੰ ਵੱਟ ਦੇ ਕਹਿੰਦੇ ਹਾਂ, ਅਸੀਂ ਤਾਂ ਅਬਦਾਲੀ ਦੇ ਕੋਲੋਂ ਧੀਆਂ ਭੈਣਾਂ ਛੜਾ ਕੇ ਅਤੇ ਰਖਵਾਲੇ ਹਾਂ, ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਇਹ ਲੀਡਰ ਇਕਾਲੀ ਹੋ ਹੀ ਨਹੀਂ ਸਕਦਾ ਫਿਰ ਵਿਰਸਾ ਸਿੰਘ ਵਲਟੋਹਾ, ਜੇ ਮੈਂ ਸ਼ਬਦ ਲਾ ਰਿਹਾ ਕਿ ਜੇ ਇਹਨੇ ਜਥੇਦਾਰ ਸਾਹਿਬ ਦੀਆਂ ਧੀਆਂ ਭੈਣਾਂ ਨੂੰ ਇਹ ਸ਼ਬਦ ਬੋਲੇ ਨੇ, ਅਤੇ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਧੇ ਐਲੀਗੇਸ਼ਨ ਲਾਏ ਨੇ, ਤਾਂ ਫਿਰ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰਨਾ ਬਣਦਾ, ਕਿਉਂਕਿ ਇਹਨਾਂ ਦੋਵਾਂ ਦਾ ਮਸਲਾ ਨਹੀਂ ਹੈ, ਇੱਥੇ ਕੌਮ ਦਾ ਮਸਲਾ ਹੈ, ਕੌਮ ਦਾ। ਕੀ ਕਹਿਣਾ ਚਾਹੋਗੇ? ਮੈਂ ਨਹੀਂ ਕਹਿ ਰਿਹਾ ਜੀ, ਜਿਹੜੀ ਗੱਲ ਤੁਸੀਂ ਕਹੀ ਆ ਉਹ ਬਕਾਇਦਾ ਤੌਰ ਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਰਘਵੀਰ ਸਿੰਘ ਨੇ ਕਹੀ। ਗਿਆਨੀ ਰਘਵੀਰ ਸਿੰਘ ਹੋਰੀ ਇਹ ਗੱਲ ਕਹਿ ਰਹੇ ਨੇ ਵੀ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਦੇਸ਼ ਜਾਰੀ ਕਰਦਾ ਵਾ ਕਿ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ, ਤੇ ਜੇ ਤੁਸੀਂ ਪ੍ਰਵਾਨ ਕੀਤਾ ਤੇ ਅਸੀਂ ਸਾਰੇ ਜਥੇਦਾਰ ਅਸਤੀਫੇ ਦੇ ਦਾਂਗੇ। ਦੂਸਰੀ ਗੱਲ ਉਹਨੇ ਵਿਰਸਾ ਸਿੰਘ ਵਲਟੋਹਾ ਤੇ ਗਈ ਹੈ ਵੀ ਜਿਹੜੀ ਭੱਦੀ ਸ਼ਬਦਾਵਲੀ ਸ਼ਬਦਾਵਲੀ ਉਹ ਵਰਤੀ ਹੈ ਜਥੇਦਾਰ ਪ੍ਰਤੀ ਉਹਨੇ, ਤੇ ਉਹ ਕਹਿੰਦੇ ਅਸੀਂ ਕਹਿੰਦੇ ਸਿੱਖ ਹੀ ਨੀ ਹੋ ਸਕਦਾ, ਜਿਹੜੀ ਗੱਲ ਤੁਸੀਂ ਕਿ ਉਹਦੀ ਪੁਸ਼ਟੀ ਗਿਆਨੀ ਰਘਵੀਰ ਸਿੰਘ ਨੇ ਕੀਤੀ, ਜਿਹੜਾ ਜਥੇਦਾਰ ਅਕਾਲ ਤਖ਼ਤ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਜਦੋਂ ਕਾਮਾ ਗਾਟਾ ਗਮਾਲੂ ਦੇ ਸ਼ਹੀਦ ਸੀ ਨਾ ਜੀ, ਉਹਨਾਂ ਦੇ ਪ੍ਰਤੀ 1914 ਦੇ ਤਤਕਾਲੀ ਜਥੇਦਾਰ ਗਿਆਨੀ ਰੂਪ ਸਿੰਘ ਕੀ ਲਿਖਦਾ, ਉਹਨੇ ਕਿਹਾ ਜੇ ਇਹ ਲੋਕ ਉੱਥੇ ਆਏ ਨੇ ਗਦਰ ਫਰਾਉਣ ਆਏ ਨੇ, ਇਹ ਅਸਿੱਖ ਨੇ, ਐੜਾ ਪਾਇਆ ਕਿ ਨੇ ਅਸਿੱਖ ਨੇ, ਸਿੱਖ ਨੀ ਮਤਲਬ ਉਹਦਾ ਮਤਲਬ ਸਿੱਖ ਨਹੀਂ, ਅਸਿੱਖ ਨੇ ਉਹ, ਕਹਿੰਦਾ ਮੈਂ ਅੱਜ ਤੱਕ ਮੇਰੇ ਕੋਲ ਹੈਗਾ ਉਹਦਾ। ਇਸ ਕਰਕੇ ਜੇ ਗਿਆਨੀ ਹਰ ਰਘਵੀਰ ਸਿੰਘ ਹੋਰੀ ਅਗਲੇ ਪਾਸ ਸਾਹਮਣੇ ਆ ਗਏ ਨੇ ਤੇ ਫਿਰ ਬੜੀ ਵੱਡੀ ਗੱਲ।
क्यों ही ज्ञानी हरप्रीत सिंह और इस्तीफा दिता कल दा ओ जो ने भद्दी टिप्पणी की है जो दी कुड़िया ते की है उहदे परिवार ते की है ते इस करके भी वो गैर गैर जट जो मर्जी करे तुसी उहनू। दूसरी चीज मैं कल कहा सीगा भी ये लोग नू धमकियां जरूर देणगे वो तुहाडे सामने अज उन्हें कहता मैं धमकियां वही गल ना। तीसरी चीज ज्ञानी हरप्रीत सिंह कहता अफसोस की गल मेरी संस्था SGPC जिन्हें मैं पढ़ाया जिन्हें मैं प्रवान चढ़ाया तहू पता होगा एक मुसलमान बुद्धिजीवी ने मिलकर ज्ञानी हरप्रीत सिंह ने उल्टा कुरान का पंजाबी च किया उसे PhD की उन्होंने उन्हें मेरे वो नहीं खलोती मैं किसी और की नहीं गल करा पर फिर भी मेरी संस्था वा अज तक जरा प्रधान वह कोई बयान नहीं है। तो मैनू अज किसी का फोन आया कि प्रधान क्यों नहीं बोलता मैं के क्यों कहता वह कहना बादल कर मैं अपने बापू का बदला लेना वा जो कुछ ना टौड़े ने किया तो तुम पता होगा धामी बेसिकली टौड़े की पैदाइश आ हुण गल सच्ची है झूठी सब नहीं पता। इस करके जथेदारां दे खिलाफ जे अकाली आगू उठ के बोलता तो किसी होर तुसीं किवें रोक सकदे हो रवनीत मुट्टी नूं खुद ही छुट्टी मिल गई जो मर्जी कह जथेदारां नूं तैनूं कोई नहीं पुछेगा कंगना राव नूं छुट्टी मिल गई तू जो मर्जी जथेदार नूं कह तैनूं कोई नहीं पुछेगा। जिहड़ी भूमिका विरोधी निभाउणी सी उह अकाली निभा रहे। तीसरी चीज अकाली दल ने भी बकायदा तौर पर जथेदार नहीं तख्तों के जथेदार के हुक्म दरकनार किया। दरकनार किवें किया जी? दरकनार यह किया भी अकाल तख्त तो आदेश जारी हुए थी बकायदा तौर पर विरसा सिंह वल्टोवा पार्टी के 10 साल लिए कढ़िया जाए। इन्हें की किया वल्टोए ने कहता भी हाथ में लिख के अपना अस्तीफा भेज दे असी प्रवान कर दूंगा। यदा मतलब तुम तख्तों के जथेदार की हुक्म की परवाह नहीं की अस्तीफा प्रवान कर रहे हो। इस करके ये सब मिली भुगत ये सारे रले मिले ने भूंदड़ भी शामिल आ चीमा भी शामिल आ सुखबीर भी शामिल सारे शामिल ने विरसे वल्टोए की अपनी इन्नी हिम्मत नहीं भी जथेदार के यहोजी टिप्पणियां कर सके तो पहलो आप दस दो फिर जथेदार को रस्ता की बाकी रह जाता जो तेरी नहीं खलोती उन्हें बाकी की रह गया फिर तो अपना बचाव करूंगा ना किसी तरीके बचाव की करना। उन्हें कहता पंजाब सरकार ते केंद्र सरकार ने जिहड़ी भी सिक्योरिटी की मैं वो सेंडर करना वा मैनू सिक्योरिटी नहीं चाहिए मैं सिक्योरिटी का खर्चा नहीं चुक सकता मैं छोटे जे मकान च रहना मैं दो मैं जिसे जथेदार दमन सिंह जी दो धियां का बाप भी है मेरी धियां कौन आईया कि सिख जब जगह है बाबे नानक ने कहा सुख मंदा आखिए जिद मेरे सन की है गुरु सिख ने जी इन्हू शर्म होनी चाहिए। बिलकुल 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 जो हालात इस वक्त बने हुए ने जी अजे देखो गल आ कि लीडर होना वक्री गल है ये कहना जिस तरीके दे नाल इन्हें जी वाकया ही ज्ञानी हरप्रीत सिंह हुणा नूं अपशब्दावली वरती है उहदियां धीआं वास्ते उहदियां भैणां वास्ते तखत दे जथेदार नूं जे इन्हां ने कहा क्योंकि पट्टी साहब मैं एक इशारा कीता सी तुहानूं कूड़न खुट्टे नानका ओड़क सच रही जी तां उस लीडर की जमीर जागदी होई श्रोमणी गुरद्वारा प्रबंधक कमेटी के प्रधान की जां जथेदार की मैनूं जथेदार जां प्रधान जिहदे टेबल ते जाके मैं नाल ही लैणा दो उहनां बादलां दे करिंदियां दा जिन्हां ने वापसी लिया सी अस्तीफा तुहानूं शायद याद आ। हाँ जी श्रोमणी अकाली दल अपने पिंडांची की होंद बचाने वास्ते कांग्रसियां दे गधेड़े ते चढ़े फिरदे आ ना मैं शब्द जिहड़े बुरते ने कविता दे विच जिहदी एग्जाम्पल साडे अपने पिंड दी मैं दे रहा किते अद्धे पासे अकाली वड्डे पै हुंदे सी अद्धे पासे कांग्रसी वड्डे पै हुंदे सीगे असी छोटे होंगे सी लड्डू जलेबियां खा के आ जाते हुंदे सानूं पता कोई नहीं बाद दे विच पता लगा भी ए दिस इज़ द वैरी
बिग स्टोरी ना हो उन्होंने अपनी होंद बचाने वास्ते पिंडां दे विच अकालियां नूं कांग्रसियां दे गधेड़े दे चढ़ना पै रहा ते जे वह बंदे सामने आ गए ना भी साडे कोल इस तरीके नाल धमकियां दे के ते इन्हां ने इस्तीफे लए आ ते जथेदार साहब नूं जिवें इन्हां ने गाली गलोच बोली है जे सच्चाई है ਤਾਂ ਫਿਰ ਤੁਸੀਂ ਸਮਝੋ ਕਿ ਕੀ ਭਾਅ ਬੀਤੇਗੀ ਜੇ ਲੋਕਾਂ ਦੀ ਅਣਖ ਜਾਗਦੀ ਪਰ ਵੈਸੇ ਉੱਥੇ ਮਰੀ ਅਣਖ ਵਾਲੇ ਮਰੀ ਜ਼ਮੀਰ ਵਾਲੇ ਇੱਕ ਨਹੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਤੁਰੇ ਫਿਰਦੇ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਤੁਰੇ ਫਿਰਦੇ ਨੇ ਕੋਈ ਵੱਡੀ ਦੋਰਾਵਾਂ ਨਹੀਂ ਅੱਛਾ ਮੈਂ ਸਰਨਾ ਸਾਹਿਬ ਨੂੰ ਲਾਉਣਾ ਚਾਹੁੰਦਾ ਦੋ ਮਿੰਟ ਜੇ ਤੁਹਾਡੀ ਆ ਗਿਆ ਹੋਵੇ ਤੇ ਆਮੋ ਸਾਹਮਣੇ ਭੁੰਦਰ ਦੇ ਖਿਲਾਫ਼ ਵੀ ਹੋ ਸਕਦੀ ਹੈ ਕਾਰਵਾਈ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਕਹਿਤਾ ਵੀ ਜੋ ਭੁੰਦਰ ਸਾਹਿਬ ਨੂੰ ਆਦੇਸ਼ ਅਕਾਲ ਤਖ਼ਤ ਤੋਂ 5 ਜਥੇਦਾਰਾਂ ਦਿੱਤੇ ਸੀ ਕੀ ਉਹਨਾਂ ਇੰਪਲੀਮੈਂਟ ਕੀਤੇ ਭੁੰਦਰ ਨੂੰ ਚਲਾਉਣੇ ਬਸ ਇੱਕ ਡਾਕਟਰ ਦਲਜੀਤ ਚੀਮਾ ਤੇ ਸਰਬੈਂਸ ਬਾਕੀ ਤੱਕ ਬੰਦਾ ਕੋਈ ਹੈ ਨੀ ਉੱਥੇ ਅੱਗੇ ਵੀ ਹੁਣ ਤੱਕ ਜਿਹੜੀ ਖਰਾਬੀ ਪਈ ਇਹਨਾਂ ਲੋਕਾਂ ਦੇ ਕਰਕੇ ਪਈ ਹੈ ਨਹੀਂ ਸੁਖਬੀਰ ਸਿੰਘ ਬਾਦਲ ਦੀ ਹਾਲਤ ਨਾਉਣ ਦੀ ਤੇ ਮੈਂ ਥੋੜ੍ਹੇ ਅੱਗੇ ਚਲ ਜਾਊਂਗਾ ਹੋਰ ਗੁਰਮੇਲ ਸਿੰਘ ਸ਼ੂਰਾ ਢਾਡੀ ਤੁਸੀਂ ਨਾਮ ਸੁਣਿਆ ਹੋਇਆ ਹਾਂਜੀ ਹਾਂਜੀ 8 ਸਾਲ ਲਗਾਤਾਰ ਉਹ ਆਪਣੇ ਇਲਾਕੇ ਦਾ ਸਰਕਲ ਦਸ਼ਦ ਰਿਹਾ ਤੇ ਕਹਿੰਦਾ 1960 ਤੋਂ ਅਸੀਂ ਜ਼ਿਲ੍ਹਾ ਕੱਢਦੇ ਆ ਰਹੇ ਹਾਂ ਉਹ ਕਹਿੰਦਾ ਅਕਾਲੀ ਦਲ ਦੇ ਪ੍ਰਧਾਨ ਦੀ ਨਿਯੁਕਤੀ ਕਿਵੇਂ ਹੁੰਦੀ ਸੀ ਜਦੋਂ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਸੀ ਬਕਾਇਦਾ ਤੌਰ ਤੇ ਜਥੇਦਾਰ ਅਕਾਲ ਤਖ਼ਤ ਕੋਲੋਂ ਟਾਈਮ ਲੈਂਦਾ ਸੀ ਉਹ ਜਥੇਦਾਰ ਅਕਾਲ ਤਖ਼ਤ ਟਾਈਮ ਦਿੰਦਾ ਸੀ ਉਹਨਾਂ ਨੂੰ ਤੇ ਜਿਹੜੀਆਂ ਡੈਲੀਗੇਟਸ ਨੂੰ ਚਿੱਠੀਆਂ ਜਾਂਦੀਆਂ ਸੀ ਨਾ ਬਕਾਇਦਾ ਕਾਰਡ ਜਾਂਦੇ ਸੀਗੇ ਉਹ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਜਾਂਦੇ ਸੀਗੇ ਤੇ ਡੈਲੀਗੇਟ ਨੂੰ ਕਿਹਾ ਜਾਂਦਾ ਸੀਗਾ ਵੀ ਉਸ ਦਿਨ ਇਹ ਕਾਰਡ ਤੁਸੀਂ ਨਾਲ ਲੈ ਕੇ ਆਓ ਜਿੱਦਾਂ ਤੁਸੀਂ ਇੱਥੇ ਮੀਟਿੰਗ 'ਚ ਆਉਣਾ ਤੁਸੀਂ ਅੱਜ ਕੋਈ ਜਥੇਦਾਰ ਨੂੰ ਪੁੱਛਦਾ ਉਹ ਕਹਿੰਦਾ ਜੇ ਇਹਦੇ ਸਿਧਾਂਤ ਦੀ ਗੱਲ ਕਰੀਏ ਤੇ ਸੁਖਬੀਰ ਸਿੰਘ ਦੀ ਬਾਦਲ ਦੀ ਨਿਯੁਕਤੀ ਗਲਤ ਆ ਜਿੱਥੋਂ ਪ੍ਰਵਾਨਗੀ ਲੈਣੀ ਤੁਹਾਨੂੰ ਲਈ ਨਹੀਂ ਗਈ ਦੂਸਰੀ ਗੱਲ ਕੀ ਕਰਦੇ ਨੇ ਉਹ ਕਹਿੰਦੇ ਵੀ ਜਦੋਂ ਮੈਂ ਜਾ ਕੇ ਉਹ ਕਾਰਡ ਦੀ ਕਾਰਡ ਦਿੱਤਾ ਉਹਨਾਂ ਨੂੰ ਵੀ ਮੈਨੂੰ ਵੀ ਇੱਕ ਕਾਰਡ ਆਉਂਦੇ ਰਹੇ ਨੇ ਇੱਥੋਂ ਕੱਲ੍ਹ ਤੱਕ ਵੀ ਡੈਲੀਗੇਟ ਇਜਲਾਸ ਹੋਣਾ ਪ੍ਰਧਾਨ ਦੀ ਚੁਣਗੇ ਤੁਸੀਂ ਆਓ ਉਹ ਕਾਰਡ ਮੈਂ ਅਕਾਲ ਤਖ਼ਤ ਤੇ ਦਿੱਤਾ ਜਥੇਦਾਰਾਂ ਨੂੰ ਜਾ ਕੇ ਸਮਝਾਈ ਵੀ ਆਹ ਗੱਲ ਹੈਗੀ ਆ ਤੇ ਜਥੇਦਾਰਾਂ ਨੇ ਕਹਿੰਦੇ ਬਕਾਇਦਾ ਤੌਰ ਤੇ ਇਹਨਾਂ ਕੋਲੋਂ ਸੰਵਿਧਾਨ ਮੰਗਿਆ ਅਕਾਲੀ ਦਲ ਦਾ ਤੇ ਜਥੇਦਾਰਾਂ ਨੂੰ ਸੰਵਿਧਾਨ ਹੀ ਦਿੱਤਾ ਗਿਆ ਜਿਹੜਾ 1973 ਦਾ ਆਨੰਦਪੁਰ ਦਾ ਮਤਾ ਸੀ ਉਹ ਭੇਜ ਦਿੱਤਾ ਗਿਆ ਸੰਵਿਧਾਨ ਸਾਡਾ ਕਹਿੰਦਾ ਜਥੇਦਾਰਾਂ ਦੀ ਕਾਰਵਾਈ ਤੋਂ ਸੰਤੁਸ਼ਟ ਆਉਂਦਾ ਠੀਕ ਤਾਂ ਜੋ ਕੀਤਾ ਨਾਲ ਇਹ ਵੀ ਗੱਲ ਕਹੀ ਆਹ ਵਿਰਸੇ ਕੇ ਤੁਰੇ ਫਿਰਦੇ ਆ ਨਾ ਜੇ ਇਹਨਾਂ ਨੇ ਕੋਈ ਗੜਬੜ ਕਰਨ ਦੀ ਗੱਲ ਕੀਤੀ ਤੇ ਪਹਿਲੀ ਕਤਾਰ ਵਿੱਚ ਮੈਂ ਖਲੋਤਾਊਂਗਾ ਹਰਪ੍ਰੀਤ ਦੀ ਸਿਕਿਉਰਿਟੀ ਕਰਨ ਵਾਸਤੇ ਜੀ ਫਿਰ ਉਹ ਜਥਾ ਖਲੋਤਾ ਹੋਊਗਾ ਪੂਰੇ ਦਾ ਪੂਰਾ ਕਹਿਣ ਤੋਂ ਵਾਪਸ ਹੀ ਚੱਲੇ ਤੁਰ ਕਿਹੜੇ ਪਾਸੇ ਪਏ ਆ ਵੈਸੇ ਜੇ ਵੈਸੇ ਜਥੇਦਾਰ ਸਾਹਿਬ ਨੇ ਜੇ ਸ਼ਬਦ ਬੋਲ ਦਿੱਤੇ ਨਹੀਂ ਤੇ ਇਹਦਾ ਮਤਲਬ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਿੱਖ ਨਾ ਤਾਂ ਝੂਠ ਬੋਲਦਾ ਨਾ ਝੂਠ ਵਿਸ਼ਵਾਸ ਰੱਖਦਾ ਤੇ ਅਕਾਲ ਤਖ਼ਤ ਦਾ ਹੋਵੇ ਜਥੇਦਾਰ ਤੇ ਉਹ ਕਵੇ ਕਿ ਮੈਨੂੰ ਇਹ ਸ਼ਬਦ ਮੇਰੀ ਧੀ ਤੇ ਭੈਣ ਵਾਸਤੇ ਪਰਿਵਾਰ ਵਾਸਤੇ ਧੀਆਂ ਵਾਸਤੇ ਬੋਲੇ ਗਏ ਨੇ ਤੇ ਜਥੇਦਾਰ ਸਾਹਿਬ ਨੂੰ ਇਸ ਵਿਰਸਾ ਸਿੰਘ ਵਲਟੋਆ ਦੀ ਇਹ ਸੱਚਾਈ ਪਬਲਿਕ ਪੰਥ ਦੇ ਸਾਹਮਣੇ ਲਿਆ ਕੇ ਰੱਖ ਦੇਣੀ ਚਾਹੀਦੀ ਹੈ ਵੀ ਇਹੋ ਜਿਹੇ ਬੰਦੇ ਨੇ ਜਿਹੜੇ ਪੰਥਕ ਹੋਣ ਦਾ ਦਾਵਾ ਕਰਦੇ ਨੇ ਤੇ ਇਹੋ ਜਿਹੀ ਸ਼ਬਦਾਵਲੀ ਜਥੇਦਾਰਾਂ ਨੂੰ ਵਰਤਦੇ ਨੇ ਅੱਜ ਇਹਨਾਂ ਨੇ ਵਰਤੀ ਹੈ ਤੇ ਕੱਲ੍ਹ ਐਰਾ ਗੈਰਾ ਨੱਥੂ ਖੈਰਾ ਵਰਤ ਸਕਦਾ ਵੇਖੋ ਗਿਆਨੀ ਜੋਗਿੰਦਰ ਸਿੰਘ ਵਦਾਂਤੀ ਤੋਂ 4 ਅਗਸਤ 2008 ਨੂੰ ਅਸਤੀਫਾ ਕਿਵੇਂ ਲਿਆ ਗਿਆ ਸੀਗਾ ਪਿਸਤੌਲ ਦੀ ਨੋਕ ਤੇ ਅਸਤੀਫਾ ਲਿਆ ਗਿਆ ਸੀ ਦੇਖੋ ਵਾਹਿਗੁਰੂ ਇਹੀ ਤੇ ਗੱਲ ਮੈਂ ਕਹਿ ਰਿਹਾ ਸੀ ਇਹ ਮੈਂ ਨਹੀਂ ਕਹਿ ਰਿਹਾ ਅੱਜ ਬਕਾਇਦਾ ਤੌਰ ਤੇ ਮੈਨੂੰ ਜਥੇਦਾਰ ਵਦਾਂਤੀ ਦੇ ਇੱਕ ਪੀ ਸਾਬਕਾ ਪੀ ਏ ਦਾ ਫੋਨ ਆ ਰਿਹਾ ਹਾਂਜੀ ਉਹ ਦੱਸਦਾ ਵੀ ਮਹਿਤਾ ਤੇ ਭੌਰ ਤੇ ਇੱਕ ਬੰਦਾ 3 ਬੰਦੇ ਆਏ ਸੀ ਸਾਡੇ ਘਰ ਮੈਂ ਘਰ ਨਹੀਂ ਸੀਗਾ ਤੇ ਪਿਸਤੌਲ ਦੀ ਨੋਕੇ ਕਹਿੰਦਾ ਲੱਖ ਅਸਤੀਫਾ ਇੱਥੇ ਹੋਣੇ ਇਹ ਕਿਰਦਾਰ ਆ ਸਾਡਾ ਅਕਾਲੀ ਦਲ ਦਾ ਹੀ ਆ ਇਹ ਸਾਡੀ ਜਿਹੜੀ ਜਥੇਦਾਰਾਂ ਦੀ ਇਹ ਇੱਜ਼ਤ ਇੱਜ਼ਤ ਰਹੇਗੀ ਸਾਡੀ ਜੇ ਗਿਆਨੀ ਪੂਰਨ ਸਿੰਘ ਨੂੰ ਤੁਸੀਂ ਲਾਇਆ ਤੇ ਉਹਦੀਆਂ ਗੱਡੀਆਂ ਭਜਾ ਕੇ ਲੈ ਗਿਆ ਡਰਾਈਵਰ ਜੁੱਤੀ ਵੀ ਨਾਲ ਹੀ ਲੈ ਗਿਆ ਉਹਦੀ ਨੰਗੇ ਪਿਰ ਘਰ ਜਾਣਾ ਪਿਆ ਜਥੇਦਾਰ ਨੂੰ ਤੇ ਗਿਆਨੀ ਗੁਰਬਚਨ ਸਿੰਘ ਦਾ ਜੋ ਅਸ਼ਰ ਕੀਤਾ ਉਹ ਸਭ ਨੂੰ ਪਤਾ ਹੀ ਹੈ ਜੀ ਸਰਦਾਰ ਪਰਮਜੀਤ ਸਿੰਘ ਸਰਨਾ ਸਾਹਿਬ ਆਫ ਦੀ ਏਅਰ 'ਤੇ ਮੇਰੀ ਗੱਲ ਹੋਈ ਸੀ ਜਦੋਂ ਮੈਂ ਡਾਇਲ ਕਰ ਰਿਹਾ ਤਾਂ ਮੈਨੂੰ ਲੱਗਦਾ ਕੋਈ ਹੋਰ ਲਾਈਨ ਨਾ ਆ ਗਈ ਹੋਵੇ ਜਾਂ ਕਿਸੇ ਵੇਲੇ
क्योंकि बिजी भी हो जाते हैं सैकल लाइन के उत्ते स्ट्राइक कर रहे हैं लगातार साडे टैक्नीशियन साडे स्टूडियो जा रहे उन्होंने रिंग ज पर वो अजे पिक नहीं कर रहे पर उन्होंने जो तो मेरी गल चल रही थी उस दरम्यान उन्होंने मेरी लाइन जी है पिक की है और ये क्योंकि अजकल का जो डिजिटल युग है ना जी तो झूठ नहीं बोलिया जा सकता कि अभी सरना साहब कॉल की हाजिर ने जी हाजिर ने जी सरना साहब वेलकम स्वागत है जी आया वाहेगुरु जी का खालसा वाहेगुरु जी की फतेह। हेलो हेलो वाहेगुरु जी का खालसा जी। हाँ जी वाहेगुरु जी का खालसा वाहेगुरु फतेह वाहेगुरु जी की फतेह महापुरखो जी। सरना साहब इस वक्त टोरंटो ते लाइव सवेर दे प्रोग्राम दे विच संगतां तुहानू सुन रही ने जो इस वक्त स्थिति है कि जिस तरीके दे नाल जो सवेरे उठदे खबरां ज्ञानी हरप्रीत सिंह उन्होंने इस्तीफा दिता तुहाडा भी बयान आ चुका उहदे बारे भी गल करांगे और जिस तरीके दे नाल शब्दावली वरती गई है कहिंदे ने कि विरसा सिंह वटोवाल ते एलीगेशन लगे ने शब्दावली वह वरती गई है बड़ी भैड़ी प्रतिकर्म की है की कहना चाहोगे। देखो गल जी मैं जब जथेदार अप्रीत सिंह उन्होंने इस्तीफा सुनिया तो जो उन्होंने शब्दावली दी मैं उन्होंने टेलीफोन किया जी मैं क्या यार सानू उम्मीद नहीं सी भाई तू ये जी भाषा पढ़ सकता है कहना जी मैं ऑलरेडी बाइट दे बैठा वहाँ जिद कि मैं जिन्हों को जिन्हों के छाया हेठ अपनी तलीम ली है सियासत की वो पिंडर वाले सन मैं अपने दुश्मन की बच्चियों नाल भी यह जी हरकत सोच नहीं सकता तो अपने जत्थेदार की बच्चियों बारे ये गल सोचा यह मैं कभी सुपना नहीं सी लिया सोशल मीडिया चैनल मैं सुनी है मैं याद नहीं है फिर मैं तुम्हें टेलीफोन की थी अपनी टेलीफोन देखो देखो गल है मैं कोई ज्ञानी रपी सगुर बयान ते हुण ज्ञानी रघबीर सिकुरां दा भी आया बई इस नूं तुसीं कढोगे ते असीं सारे इस्तीफे दे देंगे मैं अपना संकोच करदा मैं हाले इन्हां दे बारे कोई गल नहीं कहनी चाहुंदा क्योंकि मैनूं यह डर नहीं है कि मैनूं बुलाणगे करनगे की करनगे मैं तो गुरु महाराज दी बख्शिश नाल अपनी सफेद चादर लैके बैठा हाँ पट्टी साहब बैठे हुए जी 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 अठ बार बुलाया उन्होंने मैं अठों बार पहला सिख हाँ जिन अठ बार बुलाया हुए तो सुरखरू होके बहर आ गया हुए जी जी मैं लाड़ी से लगे जी मैं लाड़ी से हाँ इस वास्ते मैं मैं कोई ये नहीं है मेरे नाल की है की नहीं तो पर मैं इस वक्त कोई गल नहीं करनी चाहता क्योंकि एक गल मैं जरूर कह देनी चाहना वा तुसी भी चावला साहब अपने चैनल दे उत्ते कहंदे रहे हो भई जिहड़े जत्थेदार हैगे अकालियां दे प्रधानां दे एसजीपीसी दे जरखीद गुलाम हैगे अज मैं एक गल जरूरी तरीक कहांगा भी एक गल जिहड़ी हैगी इन्हें जत्थेदारां ने झूठी साबित कर दित्ती है जी 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 ये कलंक इन्हां ने अकाली दल दे लीडरां ते उहदे च मैं भी आंदा सारे आंदे ने इन्होंने धोता है भाई नहीं असी इन्हों के कब्जे ये साडे कब्जे च इतनी गल मैं कहनी है खरा साहब जिहड़ी सरदार सुखबीर सिंह बादल बारे गल चल रही जाके तमकाया जी ये किन्नी सच्चाई हैगी है जी। देखो गल सुनो एक मिनट मैं जद ही ये हुई है
ਇਹਨਾਂ ਨੂੰ ਕੱਢਿਆ ਗਿਆ। ਤਦ ਦਾ ਮੈਂ ਕਹਿ ਰਿਹਾ ਕਿ ਮੈਂ ਸਾਰੀਆਂ ਕੋਰ ਕਮੇਟੀ ਮੀਟਿੰਗਾਂ ਅਟੈਂਡ ਕੀਤੀਆਂ। ਕੱਲ੍ਹ ਇਹਨਾਂ ਨੇ ਮੈਨੂੰ 3 ਵਜੇ ਟੈਲੀਫੋਨ ਕੀਤੀ ਹੈ ਵੀ ਤੂੰ ਆ, ਮੈਂ ਤਾਂ ਵੀ ਚਲਾ ਗਿਆ। ਹਾਲੇ ਮੈਨੂੰ ਥੋੜ੍ਹੀ ਜਿਹੀ ਖਾਂਸੀ ਸੀ, ਬਲਗਮ ਸੀ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਰਸਤੇ ਦੇਖਦਾ ਜਾਊਂਗਾ। ਰਾਤ ਮੈਂ ਉੱਥੇ ਹੀ ਰਿਹਾ, ਲੇਟ ਹੋ ਗਈ ਸੀ। ਉਹਨਾਂ ਪ੍ਰਧਾਨ ਸਾਹਿਬ ਨੇ ਕਿਹਾ ਤੂੰ ਜਾਣਾ ਨਹੀਂ ਹੈ, ਤੂੰ ਇੱਥੇ ਹੀ ਰੋਜ਼। ਮੈਂ ਕਿਹਾ ਠੀਕ ਹੈ ਜੀ। ਮੈਂ ਇੱਕ ਵਾਰ ਕਿਸੇ ਨੇ ਇਹ ਨਹੀਂ ਗੱਲ ਕਹੀ ਅਕਾਲੀ ਲੀਡਰਾਂ 'ਚੋਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕੋਈ ਧਮਕਾਉਣ ਦੀ ਕਰਨ ਦੀ ਗੱਲ ਹੈ ਹੀ ਕੋਈ ਨਹੀਂ ਬਿਲਕੁਲ। ਵਿਰਸਾ ਸਿੰਘ ਉਲਟੋ ਨੇ ਆਪਣੇ ਤੌਰ 'ਤੇ ਜੋ ਕਿਹਾ, ਇੱਕ ਦਿਨ ਪਹਿਲੇ 2 ਦਿਨ ਪਹਿਲੇ ਕਿਹਾ, ਆਪਣੇ ਤੌਰ 'ਤੇ ਕਿਹਾ, ਉਹਨੂੰ ਮੈਂ ਮੀਟਿੰਗ ਦੇ ਵਿੱਚ ਗੱਲ ਕਹੀ ਹੈ। 21 ਬੰਦੇ ਸਨ, ਸਣੇ ਧਾਮੀ ਸਾਹਿਬ ਵੀ ਸਨ, ਸਾਰੇ ਸਨ। ਮੈਂ ਕਿਹਾ ਦੇਖ ਸਰ ਵਿਰਸਾ ਸਿੰਘ, ਤੇਰੇ ਅਤੇ ਸਾਡੇ ਬੋਲਾਂ 'ਚ ਫਰਕ ਹੈਗਾ। ਤੂੰ ਜਿਹੜੇ ਬੋਲ ਬੋਲਿਆ ਉਹ ਠੀਕ ਨਹੀਂ ਬੋਲਿਆ, ਉਹਨਾਂ ਬਾਰੇ ਸਿੱਧਾ ਅਟੈਕ ਨਹੀਂ ਕਰੀਦਾ ਜਥੇਦਾਰ ਸਾਹਿਬ 'ਤੇ। ਪੱਟੀ ਸਾਹਿਬ ਨੂੰ ਪਤਾ, ਮੈਂ ਪਿਛਲੇ 2-3 ਸਾਲ ਤੋਂ ਕਹਿ ਰਿਹਾ ਬਈ ਅੱਜ ਸਾਡੇ ਕਈ ਬੰਦੇ ਬਾਹਰਲੀਆਂ ਤਾਕਤਾਂ ਦੇ ਵਿੱਚ ਦੇ ਹੱਥ ਵਿੱਚ ਖੇਡ ਰਹੇ ਨੇ। ਮੈਂ ਕਦੀ ਕਿਸੇ ਇਹ ਨਹੀਂ ਲਿਆ, ਬਾਹਰਲੀ ਤਾਕਤਾਂ ਮੈਨੂੰ ਪੁੱਛਦੇ ਰਹੇ ਪੱਟੀ ਜੀ ਵਰਗੇ ਧੁੰਨੀ 'ਚੋਂ ਗੱਡ ਕਢਾਉਣ ਵਾਲੇ, ਮੈਂ ਇਸ ਤੋਂ ਅੱਗੇ ਨਹੀਂ ਗਿਆ। ਹਾਂਜੀ, ਮੇਰੇ ਕਮਰੇ 'ਚ ਬੈਠਣ, ਮੈਂ ਗੱਲ ਕਰਨ ਦੀ ਮੈਂ ਸ਼ਾਇਦ ਕਹਿ ਦਿਆਂ, ਪਰ ਮੈਂ ਟੈਲੀਫੋਨ 'ਤੇ ਨਹੀਂ ਗੱਲ ਕੀਤੀ। ਮੈਂ ਸਭ ਜਾਣਦਾ, ਪਰ ਸਰਕਾਰ ਵਜੋਂ ਇਹ ਗੱਲ ਕਰਨੀ ਨਹੀਂ ਸੀ ਚਾਹੀਦੀ। ਮੈਂ ਇਹ ਗੱਲ ਕਹੀ, ਮੈਂ ਕਿਹਾ ਕਹਿੰਦਾ ਤੁਸੀਂ, ਮੈਂ ਕਿਹਾ ਮੈਂ ਤਾਂ ਕਹਿੰਦਾ ਠੀਕ ਹੈ ਜੀ, ਅੱਜ ਸਾਡੇ ਵੱਸ 'ਚ ਨਹੀਂ ਹੈਗੇ, ਬਾਹਰਲੀਆਂ ਤਾਕਤਾਂ ਦੇ ਹੱਥ 'ਚ ਨੇ। ਹੁਣ ਉਹ ਬਾਹਰਲੀਆਂ ਤਾਕਤੀਆਂ ਬਾਹਰ ਦੇ ਸਿੱਖ ਵੀ ਹੋ ਸਕਦੇ ਹਨ, ਬਾਹਰ ਦੀਆਂ ਪਾਰਟੀਆਂ ਵੀ ਹੋ ਸਕਦੀਆਂ, ਸਭ ਹੋ ਸਕਦੀਆਂ। ਪਰ ਅਸਲ ਗੱਲ ਇਹ ਹੈਗੀ ਕਿ ਇੱਕ ਗੱਲ ਤਾਂ ਬੜੀ ਪੱਕੀ ਹੈ। ਹੁਣੇ ਮੈਂ ਇੱਕ ਇੰਟਰਵਿਊ ਸੁਣ ਰਿਹਾ ਸਾਂ, ਉਹਦੇ ਵਿੱਚ ਤਰਲੋਚਨ ਸਿੰਘ ਕਹਿੰਦਾ ਹੈ ਵੀ ਜਿਤਨੀ ਚੜ੍ਹਤ ਅਕਾਲ ਤਖ਼ਤ ਸਾਹਿਬ ਦੀ ਹੋਈ ਹੈ ਉਹ ਕਿਸੇ ਜਗ੍ਹਾ 'ਤੇ ਨਹੀਂ ਹੋਈ। ਹਿੰਦੁਸਤਾਨ ਦੇ ਪ੍ਰੈਜੀਡੈਂਟ ਨੂੰ ਸੁਪਰੀਮ ਕੋਰਟ ਨਹੀਂ ਬੁਲਾ ਸਕਦੀ, ਪਰ 1984 ਦੇ ਵਿੱਚ ਅਕਾਲ ਤਖ਼ਤ ਨੇ ਜਥੇਦਾਰ ਆਪਣਾ ਗਿਆਨੀ ਜੈਰ ਸਿੰਘ ਨੂੰ ਬੁਲਾਇਆ, ਉਹਨੇ ਆਪਣਾ ਏਲਚੀ ਭੇਜਤਾ ਵੀ ਮੈਂ ਕਾਨੂੰਨ ਤੱਕ ਨਹੀਂ ਆ ਸਕਦਾ, ਮੇਰਾ ਸਾਰਾ ਬਿਆਨ ਲੈ ਲਓ। ਇਸ ਤੋਂ ਬਾਅਦ ਹੋਰ ਕੀ ਹੋ ਸਕਦੀ ਹੈ? ਅਤੇ ਅੱਜ ਤੁਸੀਂ, ਮੈਨੂੰ ਇਹ ਦੱਸਦੇ ਕੋਈ ਮੇਰੀ ਗੱਲ ਸੁਣੋ, ਇਹ ਨਹੀਂ ਕਿ ਮੈਂ ਉਹਦੇ ਨਾਲ ਹਾਂ ਅਤੇ ਉਹਦੀ ਗੱਲ ਕਰਦਾ ਪਿਆ। ਮੈਨੂੰ ਇਹ ਦੱਸੋ ਪੱਟੀ ਜੀ, ਤੁਸੀਂ ਮੈਨੂੰ ਦੱਸੋ ਕਿ ਸੁਖਬੀਰ ਨੂੰ ਬੁਲਾਇਆ ਗਿਆ, ਉਹ 2 ਦਿਨ ਜਾ ਕੇ ਆਪਣਾ ਸਪਸ਼ਟੀਕਰਨ ਦੇ ਆਇਆ ਬਾਗੀਆਂ ਦੇ ਕਹਿਣ 'ਤੇ, ਅਸੀਂ ਉਹਨੂੰ ਮੀਟਿੰਗ 'ਚ ਕਿਹਾ, ਮੀਟਿੰਗ 'ਚ ਗੱਲ ਕਿੰਨੇ ਬੰਦੇ ਜਾਈਏ ਜੀ? ਮੈਂ ਕਿਹਾ ਜੀ ਮੇਰੇ ਹਿਸਾਬ ਸਿਰ 5 ਬੰਦੇ ਜਾਣੇ ਚਾਹੀਦੇ ਨੇ। ਕੋਈ ਇਹ ਨਾ ਕਹੇ ਲਓ ਲਸ਼ਕਰ ਲੈ ਕੇ ਆ ਗਿਆ, ਅਕਾਲ ਤਖ਼ਤ ਦੇ ਚੜ੍ਹ ਕੇ ਆ ਗਿਆ। ਬਿਲਕੁਲ ਜੀ, ਬਿਲਕੁਲ ਬਿਲਕੁਲ, ਉਹ 5 ਬੰਦੇ ਲੈ ਕੇ ਗਿਆ, 2 ਵਾਰ ਫਿਰ 5 ਬੰਦੇ ਲੈ ਕੇ ਗਿਆ। ਮੈਂ ਪੱਟੀ ਜੀ, ਤੁਸੀਂ ਬੜੇ ਸਿਆਣੇ ਹੋ, ਮੈਨੂੰ ਇਹ ਦੱਸੋ ਜਿਹੜਾ ਤਨਖਾਹੀਆ ਕਰਾਰ ਦਿੱਤਾ ਗਿਆ, ਦਿੱਤਾ ਗਿਆ ਅਸੀਂ ਤੇ ਮੰਨ ਲਿਆ, ਪਰ ਤਨਖਾਹੀਆ ਕਰਾਰ ਕਰ ਦਿੱਤਾ ਜਾਂਦਾ ਜਦ ਬੁਲਾਉਣ ਵਾਲੇ ਨੂੰ ਨਾ ਆਇਆ ਵੇ ਤੇ ਫਿਰ ਉਸਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ, ਉਸ ਤੋਂ ਬਾਅਦ ਉਹਨੂੰ ਦੁਬਾਰਾ ਮੌਕਾ ਦਿੱਤਾ ਜਾਂਦਾ, ਨਾ ਆਵੇ ਤੇ 5 ਤੋਂ 6 ਕਿਹਾ ਜਾਂਦਾ। ਇਹ ਗੱਲ ਹੈ ਕਿ ਨਹੀਂ ਹੈ? ਸਰਦਾ ਸਾਹਿਬ ਸੋਰੀ, ਮੈਂ ਇੰਟਰਪਟ ਕਰਨਾ ਚਾਹੁੰਦਾ, ਸਾਡੀ ਕੌਮ ਨੂੰ ਇੰਨਾ ਭੰਬਲ ਭੂਸੇ ਦੇ ਵਿੱਚ, ਪੰਜਾਬੀ ਦਾ ਸ਼ਬਦ ਹੈ, ਇੰਨਾ ਭੰਬਲ ਭੂਸੇ ਦੇ ਵਿੱਚ ਪਾ ਦਿੱਤਾ ਗਿਆ ਕਿ ਜਦੋਂ ਅਸੀਂ ਕਹਿੰਦੇ, ਪੱਟੀ ਸਾਹਿਬ ਤੁਹਾਡੀ ਮੇਰੀ ਗੱਲਬਾਤ ਹੋਈ ਸੀਗੀ, ਆਪਾਂ ਕਹਿ ਰਹੇ ਸੀਗੇ ਕਿ ਸੁਖਬੀਰ ਬਾਦਲ ਨੂੰ ਤਾਂ ਤਲਬ ਕੀਤਾ ਅਤੇ ਉਹ ਤਾਂ ਤਨਖਾਹੀਆ ਹੈ ਹੀ ਨਹੀਂ, ਉਹ ਤਾਂ ਪਬਲਿਕ ਦੇ ਵਿੱਚ ਵਿਚਰ ਸਕਦਾ। ਉਦਣ ਆਪਣੀ ਗੱਲਬਾਤ ਹੋ ਰਹੀ ਸੀ ਵੀ ਜੇ ਉਹ ਗਏ ਨੇ ਤਾਂ ਤਨਖਾਹੀਆ ਤਾਂ ਹੈ ਨਹੀਂ, ਤਾਂ ਵਿਰੋਧੀਆਂ ਨੇ ਰੌਲਾ ਪਾ ਦਿੱਤਾ। ਮੈਂ ਸੁਖਬੀਰ ਦਾ ਕੋਈ ਪੱਖ ਨਹੀਂ ਲੈ ਰਿਹਾ, ਕਿਉਂਕਿ ਆਦੇਸ਼ ਸੰਦੇਸ਼ ਦੀਆਂ 3 ਕਿਤਾਬਾਂ ਨੇ ਦੋਸਤੋ, ਐਡੀਆਂ ਮੋਟੀਆਂ ਮੋਟੀਆਂ। ਕਿਵੇਂ ਤਲਬ ਕੀਤਾ ਜਾ ਸਕਦਾ, ਕਿਹਨੂੰ ਤਲਬ ਕੀਤਾ ਜਾ ਸਕਦਾ ਅਤੇ ਕਿਵੇਂ ਤਲਬ ਕੀਤਾ ਜਾ ਸਕਦਾ? ਸੁਖਬੀਰ ਹੁਣੀ ਵਿਜਿਟ ਕੀਤੀ, ਉੱਥੇ ਰੌਲਾ ਪਿਆ ਗਿਆ, ਚਲੋ ਕਹਿੰਦਾ ਮੈਂ ਘਰੇ ਬਹਿ ਜਾਂਦਾ। ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਚਲੋ ਹੁਣ ਮੈਂ ਸਵਾਲ ਪੁੱਛਣਾ ਚਾਹੁੰਦਾ ਜਹੇਦਾਰ ਸਾਹਿਬ ਦੇ ਬਾਰੇ ਕਿ ਜਹੇਦਾਰ ਕਿਉਂ ਨਹੀਂ ਉਹਨਾਂ ਨੂੰ ਸਜ਼ਾ ਦੇ ਰਹੇ ਜਾਂ ਸਜ਼ਾ ਲਾ ਰਹੇ, ਜਿਹੜੀ ਵੀ ਸੇਵਾ ਲਾਉਣੀ ਆ ਜਾਂ ਜਿਹੜਾ ਉਹਨਾਂ ਨੂੰ ਕੋਈ ਗੁਨਾਹ ਕੀਤਾ ਉਹਦਾ ਕਿਉਂ ਨਹੀਂ ਪੇਸ਼ੀ ਪਾਈ ਜਾ ਰਹੀ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਵੇਂ ਤੁਸੀਂ ਇਸ਼ਾਰਾ ਕਰਤਾ ਕਿ ਉਹ ਹੋ ਸਕਦਾ ਕਿ ਵਿਦੇਸ਼ੀ ਜਥੇਬੰਦੀਆਂ, ਹੁਣ ਜਥੇਬੰਦੀਆਂ ਦੇ ਦੇਸ਼ ਦੇ ਵਿੱਚ ਵੀ ਬੜੀਆਂ ਨੇ,
नहीं देखो मेरी गल सुनो, एक मेरी 30 मिनट गल जथेदार साहब नाल हुई है जी। उद्दे विच उन्होंने कहा भी जिहड़ी गल मैं तुहाडे नाल कीती है तुसीं बाहर नहीं कर रही। मैं कह जिहड़ी मैं तुहाडे नाल कीती है तुसीं भी ना करना, मैं उस ते पाबंद हाँ। इस गल का इलम मैं सी कि मामला डिले होएगा, क्यों होएगा मैं नहीं पुछया क्यों होएगा मैं नहीं पुछया, क्योंकि उंजे खाम खां च मेरा पता नहीं हैगा, उंजे और दा ना पुछ जगह चला जा। मैं बहुत समझ के नाप तोल के लफजा नाल गल कीती है और मैं उन्होंने ये भी कहा भी तुहाडे इस फैसले दे नाल अकाल तख्त दे जथेदार दी जिहड़ी हैगी उहदी गल बहुत बनेगी। ए बैठन पट्टी साहब इन्होंने मैंने कहा सी इहदियां लत्तां जान नहीं, मैं इन्हां नाल आके कहा सी जान है सर, इन्हां कहा देख लांगे, मैं कहा देख लांगे। पर गल तो सिर्फ यह हैगी देखो अज पोलिटिकल क्राइसिस की है क्राइसिस यह हैगा कि हिंदुस्तान की कॉन्स्टिट्यूशन यह कहती है कि तुसी धार्मिक संस्थावां तो कोई आदेश लवोगे तो तुहाडी पोलिटिकली पार्टी की गलबात खत्म हो जाएगी, रिकग्निशन खत्म हो जाएगी। अज क्योंकि कल मैं इन्हां नूं यह कहा सी भी तुसी कह दिओ भी तुहाडा आदेश मिलिया उस मुताबक उन्हें इस्तीफा देता है, पर फिर भी तुहाडे देश मुताबक मैं असी वल्टोवा साहब नूं अकाली दल दीआं सारीआं जिम्मेवारियां तो उहदियां तो फारग करदे आ। वह कहिंदा जी उहदा इस्तीफा आ गया असी कर दिंदे आ, एक करता तो साढ़े ते नजराना गिर जाए, सानू इक ओंकार लिखण की इजाजत नहीं, एक ओंकार सतगुरु प्रसाद अपने लैटर पैड ते लिखण की इजाजत नहीं। हुण इह हैगा कि इलैक्शन अनाउंस हो गई, जे प्रधान ही नहीं लड़ेगा, प्रधान ही कंस्टिट्यूएंसी वास्ते नहीं जा सकता, अकाल तख्त दा हैगा, चलो एक्टिंग ते असीं कह देंगे बई किन्ना कारना करके असीं इलैक्शन नहीं लड़ रहे। मैं नहीं पता उन्होंने लड़नी है कि नहीं लड़नी, मैं अपने तौर तो तुहानूं कह रहा हाँ, पर जे 27 तक चला गया तो फिर की होएगा जी? देखो तुसीं अकाली दल की पार्टी नूं खत्म कर दोगे, इलैक्शन ना लड़के तो खत्म हो जाएगी। करना साहब ਤੁਸੀਂ ਆਪਣੀ ਜਗ੍ਹਾ ਤੇ ਠੀਕ, ਮੈਨੂੰ ਇਹ ਦੱਸ ਦਿਓ ਵੀ ਕਿਹੜੀ ਪਾਰਟੀ ਧਰਮ ਦੀ ਆਲ ਇੱਥੇ ਸਿਆਸਤ ਨਹੀਂ ਕਰਦੀ, ਬੀਜੇਪੀ ਨਹੀਂ ਕਰਦੀ, ਕਾਂਗਰਸ ਨਹੀਂ ਕਰਦੀ। ਮੇਰੀ ਗੱਲ ਸੁਣੋ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਹਾਂਜੀ ਉਹ ਪਾਰਟੀ ਹੈ ਕਰਦੀ ਪਈ ਹੈ ਧਰਮ ਦਾ ਆਸਰਾ ਲੈ ਕੇ ਜਿਹੜੀ ਸੈਂਟਰ ਤੇ ਆਵੀ ਹੈ, ਜਿਹੜੀ ਅੱਜ ਬਾਕੀ ਸਾਰਿਆਂ ਨੂੰ ਟਿੱਚ ਸਮਝਦੀ ਹੈ, ਜਿਹੜੀ ਇਤਨੀ ਤਾਕਤ ਹੈਗੀ ਜਿਨ੍ਹਾਂ ਦੇ ਵਿੱਚ ਕਿ ਸਭ ਕੁਝ ਉਲਟ ਫੇਰ ਕਰ ਦਿੰਦੀ ਹੈ। ਉਹ ਲਾਗੂ ਜਿਹੜਾ ਕਮਿਸ਼ਨ ਹੈਗਾ, ਇਲੈਕਸ਼ਨ ਕਮਿਸ਼ਨਰ ਹੈਗਾ, ਉਹ ਇਹਨਾਂ ਤੇ ਨਹੀਂ ਲਾਗੂ ਹੋਣ ਦੇਗਾ, ਇਹਨਾਂ ਦੀ ਦਿੱਲੀ ਨਹੀਂ ਮੰਗੇਗਾ। ਮੇਰੀ ਬੇਨਤੀ ਸੁਣੋ ਤੁਸੀਂ, ਮੈਂ ਕਹਾਂਗਾ ਗੱਲ, ਧਰਮ ਤੇ ਜਿਹੜੀ ਰਾਜਨੀਤੀ ਆ ਉਹਨੂੰ ਅਲੱਗ ਕਰਨਾ ਮੁਸ਼ਕਿਲ ਲੱਗਦਾ ਮੈਨੂੰ, ਜਿੱਥੇ ਮੇਰਾ ਖਿਆਲ ਆ। ਜਿਹੜੀ ਗੱਲ ਅਕਾਲ ਤਖ਼ਤ ਹੋਈ ਸੀ ਸਭ ਨੂੰ ਪਤਾ ਅਕਾਲ ਤਖ਼ਤ ਕੀ ਹੈ। ਸਰ ਇੱਕ ਗੱਲ ਇਹ ਮੈਂ ਦੱਸੋ, ਤੁਹਾਡੀ ਗੱਲ ਮੰਨ ਲਈ, ਸਭ ਨੂੰ ਪਤਾ ਹੈ। ਤੁਸੀਂ ਬੜਾ ਸ਼ਬਦ, ਇੱਕ ਸ਼ਬਦ ਇਹੋ ਜਿਹਾ ਵਰਤ ਗਏ ਹੋ ਰਵਾ ਦੇ ਵਿੱਚ ਸਰਨਾ ਸਾਹਿਬ, ਜਿਹੜਾ ਸ਼ੋਭਾ ਨਹੀਂ ਦਿੰਦਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਕਤ ਰੀਪ੍ਰੈਜੈਂਟੇਟਿਵ ਹੋ ਦਿੱਲੀ ਦੇ, ਔਰ ਸ਼ਬਦ ਮੇਰੇ ਖਿਆਲ ਦੇ ਵਿੱਚ ਪੰਜਾਬੀ ਦੇ ਵਿੱਚ ਥੋੜ੍ਹੀ ਘੱਟ, ਦਿੱਲੀ ਵਾਲੇ ਪੰਜਾਬ ਵਾਲੇ ਕੱਢ ਦਿੰਦੇ ਨੇ ਗਾਲ, ਪਰ ਇਸ ਮੰਚ 'ਤੇ ਸ਼ੋਭਾ ਨਹੀਂ ਦਿੰਦੀ ਵਿਦ ਡਿਊ ਰਿਸਪੈਕਟ। ਮੈਂ ਜਾਣਨਾ ਚਾਹੁੰਦਾ ਕਿ ਕੋਈ ਗੱਲ ਕੱਢੀ ਹੈ ਜਨਾਬ? ਮੈਂ ਤੁਹਾਨੂੰ ਲਿੰਕ ਭੇਜ ਦਾਂਗਾ ਜਨਾਬ, ਹੁਣੇ ਹੀ ਨਿਕਲ ਗਈ ਤੁਹਾਡੇ ਮੂੰਹ 'ਚੋਂ, ਤੁਹਾਨੂੰ ਪਤਾ ਹੀ ਨਹੀਂ ਲੱਗਾ ਸਹਿ ਸੁਭਾਅ। ਅੱਛਾ ਚਲੋ ਸਹਿ ਸੁਭਾਅ ਦਾ ਨਿਕਲ ਗਈ, ਕੱਲ ਨੂੰ ਗੱਲ ਗੱਲ ਦੀ ਗੜਲ ਨਾ ਬਣੇ, ਤਾਂ ਇਸ ਕਰਕੇ ਆਪਾਂ ਵਾਪਸ ਲੈ ਲਈ ਸ਼ਬਦ। देखो गल सुनो, उसने पूरा करता है, बिल्कुल नहीं नहीं किया,
देखो पट्टी साहब हुण गल हैगी कि मेरी तो चलो हुण बनती है, मैं इस वास्ते कहना करता ने तलवार लटक सकदी है। अच्छा सरना साहब चलो माइंड अप करदे आ, साडे कोल समा 2-4 मिंट ही हो रहा है, मैं जानना चाहुंदा कि इहदे विच हुण इक तां झूठा दोनों चो एक झूठा तो है उहदे विच जे विरसा साहब ने तुहानूं कह दिता बलटोआ साहब ने कि मैं जी उत्थों इह कदी सोच नहीं सकदा, मैं संत जरनैल सिंह खालसा पिंडरा वालिआं कोलों तालीम लई है, मैं उहनां दी छत्रछात वड्डा होया ते मैं तां गाल कढ नहीं सकदा, ते की हुण अकाल तख्त साहब दे जथेदार साहब उह झूठ बोल रहे ने जां फिर विरसा झूठ बोल रहा? दोनों चो इक ते बोल रहे ना जे मसला खड़ा होया। देखो देखो गल सुनो चावला जी, मैनू ये दसो कि यह गल मैं किवें कह सकदा वा, आई हैव फुल रिगार्ड फॉर जथेदार रघुवीर सिंह जी, आई हैव हाफ रिगार्ड फॉर जथेदार हरप्रीत सिंह, ओ मेरा कण मैनू दूसरी आदत है, उन्हूं होर तरह की आदत है, मैं किवें अज कह दिया जी नहीं वह बिल्कुल सच्चा है जी, बिल्कुल नहीं कहांगा, पर गल तो हैगी जी के गल तो हैगी 5-7 दिन की 10 दिन की, जिस दिन जिहड़ी रिकॉर्डिंग हुई है जी अकाल तख्त साहब ने जथेदार साहब ने कहा है कि मैं सारी रिकॉर्डिंग की है, और रिकॉर्डिंग बाहर कढ़ देण बस दुध दुध पानी दा पानी क्यों खत्म हो गई? बिल्कुल बिल्कुल देखो ये रिकॉर्डिंग बाहर कढ़न ना, रिकॉर्डिंग बाहर कढ़ देण, पता लग जाएगा गुरु महाराज करे जथेदार साहबान पूरे 110% सच्चे निकलन। पटी साहब सच्चे निकलन। पटी साहब वाइंड अप कर दें की कहना चाहोगे? अच्छा चलो सरना साहब काफी समय बाद साड़ी आज मुलाकात हुई, पहला तो तुहाडा धन्नवाद समा देने लिए, मैं काफी लीडर नु खून करकाए ने इस विषय ते कोई बोलन नु तैयार नहीं, जाज कुछ काल तक दे हुक्म नु मानता ना दियो, जे मानता देने ते फिर काल तक दे हुक्म नु प्रमाण करो। जे मैनू कमेटी विच भी कहना पेगा तो मैं तुहाडी गल दोहरावांगा, बेशक वीडियो रिकॉर्डिंग कर लैणा मैं। बिल्कुल जथेदार साहब तो पिछे नहीं हटांगा जी। सरना साहब तुसीं एक गल पट्टी साहब एक तुहाडे ते बिल्कुल शक नहीं करदे, तुसीं बिल्कुल ठीक हो, तुसीं अकाल तख्त नूं मानदे हो, तुसीं गुरु नूं मानदे हो, गुरु पद नूं मानदे हो, गुरु ग्रंथ नूं मानदे हो, असीं कहिंदे जिस पार्टी तुसीं बैठे उहनां नूं समझाओ कि अकाल तख्त की हुंदा। बस जदों जदों सुण लो पट्टी साहब जी जी, मैं बहुत समझाया ते बहुत नेड़े आए नो जी, एक गल सुन लो, जेड़े मेरी बेनती नु प्रवान करके 5 बंदे जा सकदे हैं, फिर 5 जा सकदे हैं, ते इहदा मतलब भाई मेरी गल थोड़ी बहुती मनदे पए नो। देखो जे 5 इस गल नहीं है चलो, पर गल हैगी के गल इतनी वद्दी भी हैगी के ओ कहंदा मैं किसे दा नां नहीं लैणा जथेदार साहब दा, ਉਹ ਕਹਿੰਦੇ ਨੇ ਅਸੀਂ ਟਕਣਾ ਹੀ ਟਕਣਾ ਮਸਾ ਹੁਣ ਸਾਡੇ ਕਾਬੂ ਆਇਆ। ਚਲੋ ਸਾਨੂੰ ਪਤਾ ਨਹੀਂ ਪਤਾ ਇਸ ਗੱਲ ਦਾ। ਅੱਛਾ ਇਤਿਹਾਸ ਦੀ ਇੱਕ ਗੱਲ ਪੱਟੀ ਸਾਹਿਬ ਨੇ ਅੱਜ ਹੁਣੇ ਜ਼ਿਕਰ ਕੀਤੀ ਹੈ, ਤੁਹਾਡੇ ਤੱਕ ਪਹੁੰਚ ਜਾਣੀ ਹੈ ਕਿਉਂਕਿ ਤੁਸੀਂ ਇਸ ਇੰਟਰਵਿਊ ਦਾ ਪਾਰਟ ਹੋ, ਇਹਦੋਂ ਪਹਿਲਾਂ ਜਦੋਂ ਮੈਂ ਇਸ਼ਾਰਾ ਕੀਤਾ ਸੀ ਪੱਟੀ ਸਾਹਿਬ ਨੇ ਉਹ ਬਿੱਲੀ ਥੈਲਿਓ ਬਾਹਰ ਕੱਢ ਕੇ ਰੱਖ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਵੀ ਪਿਸਤੌਲ ਦੀ ਨੋਕ ਤੇ ਜਥੇਦਾਰਾਂ ਦੇ ਕੋਲੋਂ ਅਸਤੀਫੇ ਲਏ ਗਏ ਆ। ਪੱਟੀ ਸਾਹਿਬ ਦੱਸਿਓ ਜਰਾ ਕਿ ਪਤਾ ਲੱਗ ਜਾਵੇ ਪਬਲਿਕ ਨੂੰ ਵੀ, ਜਨਤਾ ਨੂੰ ਵੀ ਤੇ ਕੌਮ ਨੂੰ ਵੀ, ਇਹ ਹੋਇਆ ਜਾਂ ਨਹੀਂ ਹੋਇਆ? ਮੇਰੀ ਗੱਲ ਸੁਣੋ, ਪਿਸਤੌਲ ਦੀ ਹੋਈ ਕਿ ਨਹੀਂ ਹੋਈ ਤੰਗੇ ਮੂਸੇ ਨਾਲ ਹੋਈ ਹੈ, ਉਹ 1995 ਦੀ ਗੱਲ ਹੈਗੀ, ਨਹੀਂ ਜੀ 2008 ਦੀ ਗੱਲ ਹੈ, ਜਹੇਦਾਰ ਬਦਾਤੀ ਸਾਹਿਬ ਦੀ ਗੱਲ ਹੈ, ਉਹਨਾਂ ਦੇ ਪੀਏ ਨੇ ਫੋਨ ਕੀਤਾ 2008 ਵਾਲੀ, ਮੈਂ ਨਹੀਂ ਯਾਦ, ਮੈਨੂੰ ਤਾਂ ਪ੍ਰੋਫੈਸਰ ਮਨਜੀਤ ਸਿੰਘ ਵਾਲੀ ਗੱਲ ਯਾਦ ਹੈ। ਅੱਛਾ ਤੇ ਸਰਨਾ ਸਾਹਿਬ ਤੁਸੀਂ ਹੁਣੇ ਗੱਲ ਹੁਣੇ ਮੰਨ ਗਏ ਹੋ ਮਨਜੀਤ ਸਿੰਘ ਨੇ ਸਖਤ ਫੈਸਲਾ ਨਹੀਂ ਨਾ ਲਿਆ, ਉਸ ਵੇਲੇ ਸਖਤ ਫੈਸਲਾ ਨਹੀਂ ਲਿਆ, ਉਸਨੇ ਬੈਠਣ शब्दावली
ਤੇ ਵਿਰਸਾ ਸਿੰਘ ਵਲਟੋਆ ਦੀ ਸ਼ਬਦਾਵਲੀ ਦੇ ਵਿੱਚ ਕੋਹਾਂ ਦਾ ਫਰਕ ਹੈ ਉਹੀ ਗੱਲ ਤੁਸੀਂ ਕਹਿੰਦੇ ਹੋ ਕਿਸੇ ਹੋਰ ਲਹਿਜੇ ਨਾਲ ਤੇ ਵਿਰਸਾ ਸਿੰਘ ਵਲਟੋਆ ਤੇ ਇੰਟਰਵਿਊ ਕਰਦਾ ਹੋਸ ਦੀ ਮਾਂ ਭੈਣ ਕਰ ਦਿੰਦਾ ਇੱਕ ਤੇ ਉਹ ਜਥੇਦਾਰਾਂ ਦੀ ਹੁਣ ਕਿੱਦਾਂ ਲਿਹਾਜ਼ ਕੀਤਾ ਹੋਊਗਾ ਗਰਮਜੋਸ਼ੀ ਬਲੱਡ ਪ੍ਰੈਸ਼ਰ ਜਿਹਦਾ ਹਾਈ ਹੁੰਦਾ ਮਾਂ ਭੈਣ ਤੇ ਨਹੀਂ ਕੀਤੀ ਸੀ ਆਪਣੇ ਲਫ਼ਜ਼ਾਂ ਦੀ ਪ੍ਰੋੜਤਾ ਜ਼ਰੂਰ ਕੀਤੀ ਸੀ ਗੱਲ ਨਹੀਂ ਕੋ ਕੱਢੀ ਸੀ ਚਲੋ ਮੈਂ ਸੁਣੀ ਹੈ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਹੈ ਸੋ ਨਾਈਸ ਆਫ ਯੂ ਬਹੁਤ ਮਿਹਰਬਾਨੀ मतलब ਜਿਹੜਾ ਮਤਲਬ ਜੇ ਚੀਮਾ ਇੰਨੀ ਗੱਲ ਕਹਿੰਦਾ ਵੀ ਬਕਾਇਦਾ ਤੌਰ ਤੇ ਸਮੇਂ ਸਮੇਂ ਪਰ ਇਹ ਨਹੀਂ ਕਰ ਸਕਦੇ ਮਤਲਬ ਰਲੇ ਹੋ ਤੁਸੀਂ ਸਾਰੇ ਇੱਕ ਪਾਸੇ ਵਿਰਸਾ ਸਿੰਘ ਬਟੋਆ ਜਾ ਕੇ ਜਹਿਰਾਂ ਨੂੰ ਮੁਕਾਉਂਦਾ ਵਾ ਤੇ ਦੂਜੇ ਪਾਸੇ ਜਿਹੜੀ ਇਹਨਾਂ ਦੀ ਆਬਜੈਕਟਿਵ ਆ ਕੋਰ ਕਮੇਟੀ ਫੈਸਲਾ ਕਰਦੀ ਵੀ 11 ਬੰਦੇ ਜਾਣਗੇ ਸਾਡੇ ਉੱਤੇ ਜਹਿਰਾਂ ਨੂੰ ਮੰਗ ਪੱਤਰ ਦੇਣ ਵਾਸਤੇ ਬਿਲਕੁਲ ਚਲੋ ਹੁਣ ਗੱਲ ਇਹ ਆ ਕਿ ਸਰਨਾ ਸਾਹਿਬ ਇਹ ਮੰਨ ਗਏ ਕਿ ਮੇਰੀ ਉਹਨਾਂ ਨਾਲ ਹੁਣ ਰਲਦੀ ਹੈ ਤੇ ਮੈਂ ਇਸ ਕਰਕੇ ਕਹਿ ਰਿਹਾ ਦਾ ਮਤਲਬ ਸਵਾਲ ਮੇਰਾ ਸੁਣਿਆ ਨਹੀਂ ਉਹਨਾਂ ਨੇ ਕਿ ਤੁਹਾਡੀ ਅੱਜ ਰਲਦੀ ਹੈ ਤੇ ਪੰਥਕ ਮੁੱਦਿਆਂ ਦੇ ਉੱਤੇ ਜਿਵੇਂ ਤੁਹਾਡੀ ਵਿਰੋਧੀਆਂ ਨਾਲ ਰਲਦੀ ਤੇ ਉਹ ਠੀਕ ਨੇ ਤੇ ਜਿਹੜੇ ਪੰਥਕ ਮੁੱਦਿਆਂ ਦੇ ਉੱਤੇ ਸਹੀ ਆ ਫਿਰ ਉਹ ਗਲਤ ਆ ਤੁਹਾਡੀ ਨਿਗਾਹ ਦੇ ਵਿੱਚ ਹੈ ਜੀ ਚਲੋ 30 ਸੈਕਿੰਡ ਨੇ ਕਾਲਰ ਦੇ ਕੋਲ ਵੈਲਕਮ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਚਾਪਲਾ ਸਾਹਿਬ ਸਤਿ ਸ੍ਰੀ ਅਕਾਲ ਸਾਹਿਬ ਜੀ ਦੇਖੋ ਜਿਹੜਾ ਅਕਾਲ ਤਖ਼ਤ ਜਿਹੜਾ ਜਸ ਅਕਾਲ ਤਖ਼ਤ ਨੇ ਸੋਰੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਤਖ਼ਤ ਦੇ ਜਥੇਦਾਰ ਨੇ ਉਹਨਾਂ ਨੂੰ ਡਿਸਕਸ ਨਹੀਂ ਸੀ ਕਰਨਾ ਚਾਹੀਦਾ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਤੇ ਡਿਸਕਸ ਕਰਨਾ ਚਾਹੀਦਾ ਸੀ ਪੰਜੇ ਤਖ਼ਤਾਂ ਦੇ ਉਹਨਾਂ ਜਥੇਦਾਰਾਂ ਨਾਲ ਕਿਆ ਗੱਲ ਹੋਈ ਹੈ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਹੈ ਇਹਦਾ ਕੀ ਕਰਨਾ ਹੈ ਕਿਉਂਕਿ ਇਹਦੇ ਨਜ਼ਰ ਤਾਂ ਖਾਲਸਾ ਪੰਥ ਹੀ ਹੈ ਪੰਥ ਇਹਨੂੰ ਬਚਾ ਸਕਦਾ ਹੋਰ ਸਰਕਾਰ ਤੇ ਕੋਈ ਨੀ ਬਚਾਏਗੀ ਸਿਕਿਉਰਿਟੀ ਤੇ ਕੋਈ ਨੀ ਬਚਾਏਗੀ ਜੇ ਅਲੱਗ ਹੋ ਕੇ ਬੈਠ ਜਾਂਦੇ ਨੇ ਮਤਲਬ ਆਪਣੀ ਡਿਊਟੀ ਤੋਂ ਭੱਜੇ ਨੇ ਚਲੋ ਕੋਸ਼ਿਸ਼ ਕਰਾਂਗੇ ਰਾਤ ਨੂੰ ਜੇ ਜਹਿਦਾਰ ਸਾਹਿਬ ਸਾਡੀ ਲਾਈਨ ਤੇ ਆ ਜਾਂਦੇ ਥੈਂਕ ਯੂ ਓਕੇ ਜੀ ਇਹਦਾ ਜਵਾਬ ਤੇ ਜਹਿਦਾਰ ਸਾਹਿਬ ਵੀ ਦੇ ਸਕਦੇ ਨੇ ਪਰ ਸਾਹਿਬ ਵਾਈਂਡ ਅਪ ਕਰੀਏ ਉਹ ਜਵਾਬ ਦਿੱਤਾ ਗਿਆਨੀ ਰਘਵੀਰ ਸਿੰਘ ਨੇ ਗਿਆਨੀ ਰਘਵੀਰ ਸਿੰਘ ਨੇ ਸਵਾਲ ਤੋਂ ਦੇ ਚੁੱਕੇ ਨੇ ਆਲਰੇਡੀ ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਸਲਾਹ ਕਿਸੇ ਵੇ ਦਿੱਤਾ ਵਾ ਚਲੋ ਅਜੇ ਕੱਲ ਤੱਕ ਬਹੁਤ ਕੁਝ ਸਾਹਮਣੇ ਹੋਰ ਆ ਜਾਣਾ ਤੁਹਾਡਾ ਧੰਨਵਾਦ ਸੁਣਿਆ ਤੁਸੀਂ ਪ੍ਰੋਗਰਾਮ ਰੰਗਲਾ ਪੰਜਾਬ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸੁਣਿਆ ਅਗਾਂਹ ਵੀ ਦੱਸ ਦਿਓ ਸਬਸਕ੍ਰਾਈਬ ਕਰ ਲਿਓ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ You're listening to CNN Toronto, Chawla News Network Toronto.